नवें ग्राउंड दे विच अज कांग्रेस पार्टी दी देखरेख दे विच कुलदीप सिंह सिद्धू जी दे ग्रह दे विच एक मीटिंग रखी गई है। हाले मीटिंग दे विच बुला रहे ने की विचार रखने ने की गलबात है वह असी थोड़े नाल सांझी करांगे। ये जो मीटिंग है विशेष तौर पर आने वाली नगर निगम चोणां जिन्हां दा कि अज पंजाब सरकार वालों ऐलान किया गया आने वाली 14 फरवरी नूं ने की गलबात होंदी है तुहानूं दिखाउंदे आ। तुसीं सानूं इन्ना मान सम्मान दिता एक घर चो 3 मैंबर जिताए है तो मैनूं नहीं लगता कि पंजाब च एक घर चो होणगे। बड़े लेवल ते तां पार्टी के नाते वोटा पै जांदियां पहलां मोदी के नाते पै गईआं हुण ओह तुहानूं करतब दिखा रहा ते थल्ले वाला इलैक्शन जितना बड़ा औखा है क्योंकि लोग बहुत दूर तक जाते हैं। थोड़े बाबे के खिलाफ गुआही दी थी, थोड़े नाने के खिलाफ गुआही दी थी, इस तरह करके बहुत रड़कां कढ़दे हैं। कई लोग हुण आणगे अंदर बाहर भी करनगे वी इहदा पिंड वाले असी बाहर वाले असी कदे इहो जिहा भेदभाव नहीं करिया। एक ना मिलिया दूजा तैयार है, दूजा ना मिलिया तीजा तैयार ते असी तां गलियां च आप झाड़ू लै के लग जा। ਤੁਸੀਂ ਸਾਨੂੰ ਇੰਨਾ ਮਾਣ ਸਨਮਾਨ ਦਿੱਤਾ ਅਸੀਂ ਬਹੁਤ ਧੰਨਵਾਦੀ ਹਾਂ ਅਤੇ ਚਾਵਲਾ ਜੀ ਦੇ ਵੀ ਧੰਨਵਾਦੀ ਹਾਂ। ਇਹ ਸਾਡਾ ਅੱਧ ਮੁੱਲ ਕੰਮ ਕਰਦੇ ਠੀਕ ਹੈ। ਪਿੱਛੇ ਇੱਕ ਅਸੀਂ ਟਿਊਬਵੈਲ ਲਵਾਉਣ ਲੱਗੇ, ਕੁਛ ਲੀਡਰ ਨੇ ਸਾਡਾ ਕੰਮ ਰੋਕਣ ਦੀ ਕੋਸ਼ਿਸ਼ ਵੀ ਕਰੀ। ਚਲੋ ਕੈਪਟਨ ਅਮਰਿੰਦਰ ਸਿੰਘ, ਮਨੀਸ਼ ਤਿਵਾੜੀ ਅਤੇ ਬਲਵੀਰ ਸਿੱਧੂ ਦੇ ਆਸ਼ੀਰਵਾਦ ਨਾਲ ਚਾਵਲਾ ਜੀ ਦੇ ਸਾਡੇ ਵਕੀਲ ਹੈ ਜਾ ਕੇ ਉੱਥੇ ਲੜ ਫੜਿਆ ਅਤੇ ਕੱਲ੍ਹ ਉਹਦਾ ਟੈਂਡਰ ਖੋਲ੍ਹਣਾ ਸੀ 14 ਤਰੀਕ ਨੂੰ ਅਤੇ ਉਹ ਕਿਸੇ ਕਾਰਨ ਕਿਸੇ ਨੇ ਭਰਿਆ ਨਹੀਂ ਅਤੇ ਹੁਣ ਦੁਬਾਰਾ 21 ਤਰੀਕ ਸੀ, ਅੱਜ ਹੁਣ ਕਹਿੰਦੇ ਕੋਰਟ ਲੱਗ ਗਿਆ ਜੀ 14 ਫਰਵਰੀ ਇਹਨਾਂ ਨੇ ਇਲੈਕਸ਼ਨ ਦੀ ਡੇਟ ਕਰ। ਅਸੀਂ ਤੁਹਾਨੂੰ ਇੱਕੋ ਬੇਨਤੀ ਕਰਦੇ ਹਾਂ ਕੁਛ ਨਾ ਕਰਿਓ, ਜੇ ਅਸੀਂ ਕੰਮ ਕਰਿਆ ਸਾਨੂੰ ਵੋਟ ਪਾ ਦਿਓ, ਜੇ ਨਹੀਂ ਕਰਿਆ ਤਾਂ ਬਿਲਕੁਲ ਨਾ ਪਾ। ਇਸ ਸੰਗਤ ਦਾ ਧੰਨਵਾਦ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਵੱਖ ਵੱਖ ਵਾਰਡਾਂ ਦੇ ਵਿੱਚ ਬੜੀਆਂ ਰਾਜਨੀਤੀਆਂ ਹੋ ਰਹੀਆਂ, ਬੜੀ ਸਿਆਸਤਾਂ ਹੋ ਰਹੀਆਂ। ਕੋਈ ਕਹਿੰਦਾ ਕਿ ਮੈਂ 25 ਲੱਖ ਰੁਪਇਆ ਵਾਰਡ ਦੇ ਵਿੱਚ ਵੰਡਣਾ ਤੇ ਵੋਟ ਵਿਕਾਊਗਾ ਸਾਡੀ, ਤੋ ਵੋਟਾਂ ਮੈਂ ਖਰੀਦਣੀਆਂ। ਕੋਈ ਕਹਿੰਦਾ ਕਿ ਮੈਂ 2 ਮਾਤੇ ਜਗ੍ਹਾ ਵਾਰਡ ਦੇ ਵਿੱਚ ਟਿਊਬਲ ਵਾਸਤੇ ਦੇ ਰਿਹਾ। ਸੋ ਜੇ ਟਿਊਬਲ ਵਾਸਤੇ ਜਗ੍ਹਾ ਦੇਣੀ ਹੁੰਦੀ ਤਾਂ ਉਹ ਕਮੇਟੀ ਦੇ ਨਾਲ ਰਜਿਸਟਰੀ ਕਰਾਉਂਦਾ ਅਤੇ 25 ਲੱਖ ਖਰਚਣ ਦੀ ਕਿਹੜੀ ਲੋੜ ਸੀ, ਕਿਉਂਕਿ ਸਾਡੀਆਂ ਵਾਰਡਾਂ ਬੜੀਆਂ ਅਮੀਰ ਵਾਰਡਾਂ ਆਪਣੀ ਜ਼ਮੀਨ ਨੂੰ ਵੇਚਦੀਆਂ ਨਹੀਂ। ਜੋ ਵਾਰਾਂ ਜ਼ਮੀਨ ਨੂੰ ਵੇਚਦੀਆਂ ਨਹੀਂ ਉਹਨਾਂ ਦਾ ਇਹੋ ਨਾਰਾ ਹੁੰਦਾ ਜਿੱਦਾਂ ਮੇਰੇ ਭਰਾ ਗੁਰਦਸ ਨੇ ਕਿਹਾ ਕਿ ਗਰੀਬ ਕਦੇ ਵਿਕਦਾ ਨਹੀਂ, ਉਹ ਆਪਣੀ ਜ਼ਮੀਨ ਨੂੰ ਬਰਕਰਾਰ ਰੱਖਦਾ ਹੈ। ਸੋ ਉਸ ਤੋਂ ਬਾਅਦ ਅੱਜ ਵੱਖ ਵੱਖ ਵਾਰਾਂ ਦੇ ਵਿੱਚ ਲਾਲਚੀ ਕੈਂਡੀਡੇਟਾਂ ਨੇ ਜੋ 5 ਸਾਲ ਪਿਛਲੇ ਦੇ ਵਿੱਚ ਵਾਈਸ ਪ੍ਰਧਾਨ ਰਹੇ ਉਹਨਾਂ ਨੇ ਆਪਣੇ ਲਾਲਚ ਵੱਖ ਪਾ ਕੇ ਵੱਖ ਵੱਖ ਵਾਰਾਂ ਦੇ ਵਿੱਚ ਕੈਂਡੀਡੇਟ ਖੜੇ ਕੀਤੇ ਕਿ ਜੇ ਸਾਡੇ 4 ਵਿਕ ਗਏ ਤਾਂ ਨਵੇਂ ਗਰਾਂ ਦਾ ਨਾਸ਼ ਕਰਾਂਗੇ ਅਤੇ ਉਹ ਕਰਨਗੇ। ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਵੱਡੇ ਵੱਡੇ ਬੋਰਡ ਲਗਾ ਕੇ ਕੈਂਡੀਡੇਟਾਂ ਨੂੰ ਖੜੇ ਕਰਕੇ ਆਪਣਾ ਦਾਅਵਾ ਜਿਤਾ ਰਹੇ ਹਨ। ਉਹਨਾਂ ਤੋਂ ਸਿਹਤ ਲੈਣ ਦੀ ਮੇਰੀ ਸਾਰੀ ਸੰਗਤ ਨੂੰ ਬੜੀ ਜ਼ੋਰਦਾਰ ਅਪੀਲ ਹੈ। ਤੁਸੀਂ ਅੱਜ ਇਹ ਚੀਜ਼ ਦੇਖਣੀ ਹੈ ਜੋ ਅਸੀਂ ਕੰਮ ਕਰਦੇ ਹਾਂ, ਕਿਸੇ ਨਾਲ ਪੱਖਪਾਤ ਨਹੀਂ ਕਰਦੇ, ਭਾਵੇਂ ਉਹ ਅਕਾਲੀ ਹੋਵੇ, ਭਾਵੇਂ ਉਹ ਬੰਗਾਲੀ ਹੋਵੇ, ਜਾਂ ਕੋਈ ਹੋਰ ਕੈਂਡੀਡੇਟ ਹੋਵੇ, ਜਾਂ ਕੋਈ ਕਿਸੇ ਧਰਮ ਦਾ ਵੀ ਬੰਦਾ ਹੋਵੇ, ਸਾਡੇ ਕੋਲ ਆਉਂਦਾ, ਅਸੀਂ ਸਿਰਫ ਉੱਥੇ ਉਹਦਾ ਕੰਮ ਕਰਦੇ ਹਾਂ। ਸੋ ਮੇਰੀ ਤਾਂ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਕਿ ਉਹਨਾਂ ਲੋਕਾਂ ਨੂੰ ਸਚੇਤ ਹੋ ਜਾਓ ਜੋ ਅੱਜ ਤੁਹਾਨੂੰ ਟਿਊਬਲਾਂ ਦਾ ਲਾਲਚ ਦੇ ਰਹੇ ਹਨ ਕਿ ਅਸੀਂ ਤੁਹਾਨੂੰ 2 ਮਰਲੇ ਜਗ੍ਹਾ ਦੇ ਕੇ ਟਿਊਬਲ ਲਗਾਵਾਂਗੇ, ਕੋਈ ਹੋਰ ਰਸਤਾ ਪਜਾਵਾਂਗੇ। ਅਸੀਂ ਉਹਨਾਂ ਤੋਂ ਤੁਹਾਨੂੰ ਸਚੇਤ ਹੋਣ ਵਾਸਤੇ ਬੇਨਤੀ ਕਰਦੇ ਹਾਂ। ਸੋ ਮੇਰੇ ਵੀਰੋ, ਵੱਖ ਵੱਖ ਵਾਰਡਾਂ ਦੇ ਵਿੱਚ ਆਪਣੇ ਨਾਲ ਆਂਢੀ ਅਤੇ ਗੁਆਂਢੀ ਸਾਰਿਆਂ ਨੂੰ ਸੁਚੇਤ ਕਰੋ। ਅੱਜ ਇੱਥੇ ਐਡਾ ਵੱਡਾ ਇਕੱਠ ਹੋਇਆ, ਮੈਂ ਚਾਹੁੰਦਾ ਕਿ ਸਾਡੀ ਹਾਰ ਨਹੀਂ ਹੋ ਸਕਦੀ। ਇਸ ਇੱਕ ਮਿਲਣ ਦਾ ਮੌਕਾ ਮੈਨੂੰ ਮਿਲਿਆ, ਮੈਂ ਬਹੁਤ ਆਪਣੇ ਸੁਭਾਗਾ ਸਮਝਦਾ ਕਿ ਜਿਹੜੇ ਤੁਸੀਂ ਇੰਨੀ ਠੰਡ ਦੇ ਵਿੱਚ ਆ ਕੇ ਇਸ ਫੈਮਿਲੀ ਦੇ ਨਾਲ ਖੜੇ ਹੋ। ਮੈਂ ਤੁਹਾਨੂੰ ਗਰੰਟੀ ਦਿੰਦਾ ਅਸੀਂ ਪੂਰਾ ਜ਼ੋਰ ਲਾਵਾਂਗੇ ਕਿਉਂਕਿ ਕਾਂਗਰਸ ਪਾਰਟੀ ਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਹੈ। ਕੁਝ ਇਹੋ ਜਿਹੀਆਂ ਤਾਕਤਾਂ ਪਾਰਟੀ ਦੇ ਅੰਦਰ ਕੰਮ ਕਰ ਰਹੀਆਂ ਜਿਹੜੇ ਸਾਡੇ ਜਿਹੜੇ ਅਸਲੀ ਬੰਦੇ ਹੈ ਜਿਨ੍ਹਾਂ ਨੇ ਸਮਾਜ ਦੀ ਸੇਵਾ ਕਰਨੀ ਹੈ, ਜਿਨ੍ਹਾਂ ਨੇ ਸਮਾਜ ਵਾਸਤੇ ਮਰਨਾ, ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ। ਅਸੀਂ ਹਾਈ ਕਮਾਂਡ ਤੱਕ ਪੁਰਜ਼ੋਰ ਕੋਸ਼ਿਸ਼ ਕਰਕੇ ਇਹਨਾਂ ਨੂੰ ਟਿਕਟ ਵਾਸਤੇ ਮੰਗ ਕਰਾਂਗੇ, ਟਿਕਟ ਲੈ ਕੇ ਆਵਾਂਗੇ ਇਹਨਾਂ ਨੇ।
आपको सिर्फ अपनी समस्याओं का समाधान चाहिए, नया गांव में जितनी भी समस्याएं हैं उन समस्याओं का समाधान चाहिए। आज तक जितने भी लोग आए हैं उन लोगों ने वादे किए हैं, लेकिन जहां पर आज आप खड़े हैं, खासकर सिद्धू परिवार के साथ मुझे भी पिछले 6-7 महीनों से काम करने के लिए हमने कई कामों के लिए ने बोला, तो कुलदीप जी ने खासकर हमारा हर कदम पर साथ दिया है। चावला के जी के साथ मिलाकर हमारे वार्ड में बहुत सारे काम कराए हैं, तो इस बात से मुझे पक्का विश्वास है कि ये परिवार वाकई अपनी बातों पर खड़ा रहता है। मैं ज़्यादा कुछ नहीं कहना चाहता, मैं यही कहना चाहता कि कल वोटा वेले जो ऐसी किसी तरह की कोई गलती कर लें, उस गलती का हरजाना सानू पूरे 5 साल भुगतना पैदा है। सो मैं सारे भावों को ये बेनती करांगा, भैनों को भी ये बेनती करांगा भी अपने वोटों का जरा सही हक वरत के इन्हों अगे लिया है। ये साढ़े लोकल इतने के नवाग्राम के गर्जा सिंह के अपने उन्होंने भरा मलकीत सिंह के MC बनने से सानू बहुत फायदा है। इन्होंने नाल जुड़े हुए अपने कैंडिडेट के साथ कंधे से कंधा मिला के खड़ा होना है, और कौन सा कैंडिडेट जो हमारे दुख दर्द में काम आए। हमें पार्टी से कोई लेना देना नहीं है, हमने किसी की बुराई नहीं करनी है, जिसमें गुण हो उसके साथ खड़ा होना है। आप सभी जानते हैं गर्जा परिवार का नाम इस नए गांव में कैसा है, किसी की पहचान कराने की जरूरत नहीं है, बताने की जरूरत नहीं है, सभी जानते हैं। असि अपने बंदे तो काम सौखा करा सकते हैं, तो मतलब असि यह चाहते हैं कि मतलब साढ़े काम इतने हो मतलब धड़ले काम हो जिमें पहला होंगे रहे हैं सर। मतलब इन्होंने सिद्धू साहब जोड़े ने कुलदीप सिंह सिद्धू इन्होंने साडे पिंड इलाके इन्ने काम कराए ने कि सानू कहण की लोड़ नहीं, दुनिया ने आप देखा हुआ। मुख मेहमान चावला जी, मैं बहुत धन्यवादी हाँ अते साह संग्रह में बेनती करता हाँ कि मेरा एक नारा है गरीबों के हमदर्द, जो असी मकान पा लिया असी अमीर नहीं हो जाते, जो असी रोटी खाने असी अमीर नहीं हो जाते। मेरा एक नारा है कोई गरीब जब भी मेरे को आया हथ खड़े कह सकता मैं किसी पैसा लिया हो या मैं ना कोई होते ना। मेरी यही बेनती है कि आवला जी ने भी बेनती है सानू पार्टी की टिकट मिल रही नई चीज़ा होगा परमात्मा करेगा करना तो सह संगत नहीं है। ठीक है जी, यही मेरी बेनती है सारे भी साड़ी तो गरीबी गदा हमारी है, बस तुझे साढ़े सब कुछ है, यही मेरी बेनती है। श्रद्धांजलि दे दो। इस टाइम नवा ग्राउंड दे विच जिथे के कुलदीप सिंह सिद्धू जी के ग्रह दे विच अज एक कांग्रेस पार्टी वालों विशेष तौर पर मीटिंग रखी गई। जिवें कि सबनों पता है कि नगर निगम दीआं चोणां दा ऐलान हो चुका है, 14 फरवरी नूं वोटां तय ने, ते कुलदीप सिंह सिद्धू जी के ग्रह दे विच कमल जी चावला जी पहुँचे ने। इत्थे विशेष तौर पर मीटिंग रखी गई सी, एक भारी इकट्ठ किया गया सी, पब्लिक जो वार्डां दे विच सद्दा दिता गया सी भारी मात्रा दे विच इकट्ठ देखा गया, कुर्सियां तकरीबन सारियां भरियां होईयां सी। ऐलान किया है अज इलैक्शन दा, जिथे उत्थे चावला जी नाल गल करदे आं कि की रणनीति बनाई है जी अगली इस नवा ग्राउंड विशेष नवा ग्राउंड दे विच वोटां नूं लैके। देखो नवें ग्राउंड दे विच सारी कांग्रेस पार्टी दे जिहड़े वर्कर हैगे आ उन्होंने टिकटां अपनियां अपलाई कर दित्तियां हैगियां। जो सिद्धू फैमिली हैगी है पिछले लंबे समय से जदों लोग सभा के इलैक्शन होए श्री मनीष तिवाड़ी जी के इलैक्शन के तीनों भरा अपने एको दिन पार्टी के फिर तो शामिल हो के
इन्होंने नवें ग्राउंड दे विच बड़ी भारी कांग्रेस पार्टी नू जिहड़ी विजय कराई है। इसलिए श्री मनीष तिवाड़ी जी, बलबीर सिंह सिद्धू जी ने, सुनील कुमार जाखड़ जी ने, कैप्टन अमरिंदर सिंह जी की अगुवाई वाली सरकार ने इन्हां नू भरोसा दिता भी असी आउण वाले कौंसलर दे इलैक्शनां दे विच ਤੁਹਾਨੂੰ ਖਾਸ ਤੌਰ ਤੇ ਤਿੰਨੇ ਭਰਾਵਾਂ ਨੂੰ ਅਸੀਂ ਜਿਹੜੀ ਕਾਂਗਰਸ ਪਾਰਟੀ ਦੇ ਸਿੰਬਲ ਤੇ ਇਲੈਕਸ਼ਨ ਲੜਾਵਾਂਗੇ। ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਦੇਖਿਆ ਜਾਂਦਾ ਕਿ ਭਾਜਪਾ ਦਾ ਜੋ ਜ਼ੋਰ ਭਾਜਪਾ ਦਾ ਜ਼ਿਆਦਾ ਦਬਾਅ ਹੁੰਦਾ ਹੈ ਖਾਸ ਕਰ ਸ਼ਹਿਰਾਂ ਦੇ ਵਿੱਚ। ਇੱਥੇ ਤੁਹਾਨੂੰ ਕਿਸ ਦੇ ਆਪੋਜ਼ਿਟ ਜ਼ਿਆਦਾ ਸੰਘਰਸ਼ ਕਰਨਾ ਪਵੇਗਾ, ਕਿਹੜੀ ਪਾਰਟੀ ਦੇ ਆਪੋਜ਼ਿਟ ਸੰਘਰਸ਼ ਕਰਨਾ ਪਊਗਾ? ਦੇਖੋ, ਸਾਨੂੰ ਇੱਥੇ ਅੱਜ ਦੀ ਤਰੀਕ ਦੇ ਵਿੱਚ ਕਿਸੇ ਵੀ ਪਾਰਟੀ ਦੇ ਖਿਲਾਫ ਸੰਘਰਸ਼ ਨਹੀਂ ਕਰਨਾ ਪੈਣਾ, ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਬੇੜਾ ਗਰਕ ਕਰ ਦਿੱਤਾ ਉਹਨਾਂ ਨੇ ਨਵੇਂ ਗਰਾਉਂ ਦਾ। ਨਵਾਂ ਗਰਾਉਂ ਨੂੰ ਇੱਕ ਪਿੰਡ ਦਾ ਦਰਜਾ, ਜਿਹੜਾ ਪਿੰਡ ਬਣਾ ਕੇ ਰੱਖ ਦਿੱਤਾ, ਜਿਹੜਾ ਕਿ ਬਹੁਤ ਜ਼ਿਆਦਾ ਵਧੀਆ ਸ਼ਹਿਰ ਹੈਗਾ, ਚੰਡੀਗੜ੍ਹ ਦੇ ਨੇੜੇ ਹੈ। ਸਾਡਾ ਜਿਹੜਾ ਮੁਕਾਬਲਾ ਨਾ ਤਾਂ ਅਕਾਲੀ ਦਲ ਨਾਲ ਮੁਕਾਬਲਾ, ਅੱਜ ਬੀਜੇਪੀ ਨੇ ਸਾਡਾ ਬੇੜਾ ਗਰਕ ਕਰ ਦਿੱਤਾ, ਦੇਸ਼ ਦਾ ਬੇੜਾ ਗਰਕ ਕਰਤਿਆ। ਅੱਜ ਜ਼ਿਮੀਂਦਾਰ ਸੜਕਾਂ 'ਤੇ ਬੈਠੇ ਆ, ਸਾਰੇ ਲੋਕਾਂ ਨੂੰ ਪਤਾ, ਜਿਨ੍ਹਾਂ ਦੇ ਕੁਛ ਮਾੜਾ ਮੋਟਾ ਪਿਛਲੇ ਥੋੜ੍ਹਾ ਜਿਹਾ ਮਹੀਨਿਆਂ ਦੇ ਵਿੱਚ ਕੋਈ ਬੀਜੇਪੀ ਨਾਲ ਸੰਬੰਧ ਰੱਖਦਾ ਵੀ ਸੀ, ਅੱਜ ਉਹ ਆਟੋਮੈਟਿਕਲੀ ਆਪੇ ਹੀ ਪਿੱਛੇ ਹਟ ਗਿਆ। ਸੋ ਮੈਨੂੰ ਪੂਰੀ ਉਮੀਦ ਹੈ ਵੀ ਇੱਕ ਵੀ ਵੋਟ ਨਵੇਂ ਗਰਾਉਂ 'ਚੋਂ ਕਿਸੇ ਬੀਜੇਪੀ ਨੂੰ ਨਹੀਂ ਪਊਗੀ। ਕੁਲਦੀਪ ਸਿੰਘ ਜੀ ਸਾਡੇ ਨਾਲ, ਕੁਲਦੀਪ ਸਿੰਘ ਜੀ ਕਿਵੇਂ, ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਅੱਜ ਇੱਥੇ? ਚਾਵਲਾ ਜੀ ਨੇ ਵਧੀਆ ਇੱਥੇ ਦੇਖਿਆ, ਸਾਸੀ ਕਾਰਗੁਜ਼ਾਰੀ ਬਹੁਤ ਵਧੀਆ ਸੀ, ਇਕੱਠ ਵੀ ਭਾਰੀ ਮਾਤਰਾ ਦੇ ਵਿੱਚ ਲੋਕ ਹਾਜ਼ਰ ਹੋਏ ਨੇ, ਕੀ ਲੱਗਦਾ ਕਿ ਅਗਲੇ ਇਲੈਕਸ਼ਨ ਦੇ ਵਿੱਚ ਜਿੱਤ ਯਕੀਨੀ ਬਣਦੀ ਜਾ ਰਹੀ ਹੈ? ਭਾਈ ਸਾਹਿਬ, ਇੱਕ ਹਰਿਆਣਵੀ ਨੇ ਕਿਹਾ ਸੀ, ਕਹਿੰਦਾ ਕਿਉਂ ਪਏ ਹੋ ਚੱਕਰ ਮੈਂ, ਕੋਈ ਨਹੀਂ ਹੈ ਟੱਕਰ ਮੈਂ, ਠੀਕ ਹੈ ਨਾ। ਸਾਨੂੰ ਤਾਂ ਕੋਈ ਟੱਕਰ 'ਚ ਲੱਗਦਾ ਹੀ ਨਹੀਂ। ਤੁਸੀਂ ਅਕਾਲੀਆਂ ਦਾ ਹਾਲ ਦੇਖ ਲਓ ਪਿਛਲੇ 5 ਸਾਲਾਂ 'ਚ। ਆ ਸਾਡੇ ਘਰ ਮੂਹਰੇ ਰੋਡ ਹੈ, ਮੈਨੂੰ ਇੱਕ ਟਾਇਲ ਦਵੀ ਵੀ ਦਿਖਾ ਦਿਓ। ਖਾਸ ਕਰ ਮੈਂ 2 ਰੋਡਾਂ ਦੀ ਗੱਲ ਕਰੂੰਗਾ, ਕਿ ਨਾਡਾ ਰੋਡ ਅਤੇ ਕਰੋਨਾ ਰੋਡ, ਉਹਦੇ 'ਚ ਜਾ ਕੇ ਦੇਖੋ ਵੀ ਕਿੱਡੇ ਕਿੱਡੇ ਟੋਏ ਹੈ। ਅਤੇ ਉਹ ਆਪ ਪੈਸਿਆਂ ਪਿੱਛੇ ਮਾਰ ਪਟਾਈ ਹੋ ਰਹੇ, ਪੱਪੀ ਦੀਆਂ ਲੱਤਾਂ ਤੋੜ ਕੇ ਘਰੇ ਬਿਠਾਤਾ। ਅਤੇ ਜੇ ਤਾਂ ਆਹ ਹਾਲ ਕਰਾਉਣਾ ਲੋਕਾਂ ਨੇ, ਫਿਰ ਤਾਂ ਭਾਈ ਉਹਨਾਂ ਨੂੰ ਵੋਟਾਂ ਪਾ ਦਿਓ। ਜੇ ਪਿੰਡ ਦਾ ਵਿਕਾਸ ਕਰਾਉਣਾ, ਫਿਰ ਸਿੱਧੂ ਪਰਿਵਾਰ ਤੁਹਾਡੇ ਸਾਹਮਣੇ ਕਾਂਗਰਸ ਪਾਰਟੀ ਦੇ ਝੰਡੇ ਥੱਲੇ ਇਲੈਕਸ਼ਨ ਲੜਨ ਜਾ ਰਿਹਾ, ਅਤੇ ਇਹੀ ਵਿਸ਼ਵਾਸ ਦਵਾਉਂਦੇ ਹਾਂ। ਪਹਿਲਾਂ ਤਾਂ ਸਾਨੂੰ 3 ਵਾਰਡਾਂ ਦਾ ਸੌਂਪਿਆ ਸੀ ਲੋਕਾਂ ਨੇ, ਠੀਕ ਹੈ ਜੀ। ਉਹਦੇ 'ਚ ਤੁਹਾਨੂੰ ਕੋਈ ਵੀ ਗਲੀ ਕੱਚੀ ਨਹੀਂ ਮਿਲੂਗੀ। ਦੇਖੋ, ਜਿਹਦੀ ਬਰਾਤ ਚੜ੍ਹੇ ਸੁੱਖ ਉਹਦੀ ਮਨਾਵਾਂਗੇ, ਪਰ ਫਿਰ ਵੀ ਅਸੀਂ ਨਾਲ ਲੱਗਦੇ ਹੋਰ ਵਾਰਡਾਂ 'ਚ ਵੀ ਨਾਲ ਵਿਕਾਸ ਕਰਦੇ ਰਹੇ ਹਾਂ। ਅੱਗੇ ਨੂੰ ਵਿਸ਼ਵਾਸ ਦਵਾਉਂਦੇ ਹਾਂ ਵੀ ਜੇ ਕਿਤੇ ਪਰਮਾਤਮਾ ਨੇ ਸਾਡੀ ਬਾਂਹ ਫੜੀ ਅਤੇ ਕਾਂਗਰਸ ਪਾਰਟੀ ਦਾ ਸਹਿਯੋਗ ਸਾਡੇ ਸਿਰ 'ਤੇ ਰਿਹਾ, ਨਵੇਂ ਗਰਾਉਂ ਨੂੰ ਚਮਕਾ ਕੇ ਖੇਡ ਦਾਂਗੇ। ਇੱਕ ਪਾਸੇ ਚਾਵਲਾ ਜੀ, ਇੱਕ ਗੱਲ ਹੋਰ, ਇੱਕ ਪਾਸੇ ਇਲੈਕਸ਼ਨ, ਇੱਕ ਪਾਸੇ ਸਾਡੇ ਕਿਸਾਨ ਦਿੱਲੀ ਦੇ ਵਿੱਚ ਬੈਠੇ ਨੇ। ਕਈ ਵਾਰ ਲੋਕਾਂ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਇਹ ਜਾਣ ਬੁੱਝ ਕੇ ਇਲੈਕਸ਼ਨਾਂ ਦਾ ਇਹ ਇੱਕ ਰਣਨੀਤੀ ਬਣਾਈ ਗਈ ਹੈ ਸਰਕਾਰ ਵੱਲੋਂ, ਇੱਥੇ ਇਸ ਦੇ ਤੁਹਾਡੇ ਕੀ ਵਿਚਾਰ ਨੇ ਇਸ ਗੱਲ ਬਾਰੇ? ਦੇਖੋ, ਜਿਹੜੇ ਕਿਸਾਨਾਂ ਦੇ ਨਾਲ ਅੱਜ ਸਾਡੀ ਕਾਂਗਰਸ ਪਾਰਟੀ, ਕੱਲ੍ਹ ਦੇਖੋ ਕਿੱਡਾ ਬੜਾ ਅਸੀਂ ਜਿਹੜਾ ਜਲਸਾ ਕੀਤਾ, ਗਵਰਨਰ ਸਾਹਿਬ ਦਾ ਜਿਹੜਾ ਹੈਗਾ ਰੈਜੀਡੈਂਸ ਜਿਹੜਾ ਹੈਗਾ ਉਹ ਘੇਰਨ ਵਾਸਤੇ ਗਏ। ਸਾਡੀ ਕਾਂਗਰਸ ਪਾਰਟੀ ਦੇ ਵੱਖ ਵੱਖ ਨੁਮਾਇੰਦੇ ਮੈਂਬਰ ਪਾਰਲੀਮੈਂਟ ਸਾਡੇ ਕੱਲ੍ਹ ਦਿੱਲੀ, ਦੇਖੋ ਰਵਨੀਤ ਬਿੱਟੂ, ਔਜਲਾ, ਜੀਰਾ, ਕਾਫੀ ਬੰਦੇ ਉਹਨਾਂ ਨੇ ਚੱਕੇ। ਸੋ ਅੱਜ ਵੀ ਸਾਡੀ ਕਾਂਗਰਸ ਪਾਰਟੀ ਜਿਹੜੀ ਜ਼ਿਮੀਂਦਾਰਾਂ ਦੇ ਨਾਲ ਖੜੀ ਹੈ। ਲੇਕਿਨ ਜਿਹੜੇ ਇਹ ਕੌਂਸਲਰ ਦੇ ਇਲੈਕਸ਼ਨ ਹੈ, ਬੜੇ ਲੰਬੇ ਸਮੇਂ 'ਤੇ ਡਿਊ ਸੀਗੇ, ਉਹਦੇ ਨਾਲ ਮੁੱਖ ਰੱਖਦੇ ਹੋਏ ਜਿਹੜੇ ਜ਼ਿਆਦਾਤਰ ਇਲੈਕਸ਼ਨ ਸਾਡੇ ਹੈਗੇ ਹੈ, ਸਾਰੇ ਨਹੀਂ ਜ਼ਿਆਦਾਤਰ ਇਲੈਕਸ਼ਨ ਸਾਡੇ ਜਿਹੜੇ ਹੈਗੇ ਆ ਇਹ ਸ਼ਹਿਰ ਦੇ ਵਿੱਚ ਹੈਗੇ ਆ, ਜਿਹਦੇ ਨਾਲ ਕਿ ਸਾਨੂੰ ਖੇਤੀਬਾੜੀ ਨਾਲ ਜ਼ਿਆਦਾ ਸੰਬੰਧ ਨਹੀਂ ਰੱਖਦੇ। ਫਿਰ ਵੀ ਜੇ ਕੋਈ ਇਸ ਤਰ੍ਹਾਂ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਕੋਈ ਇਸ ਤਰ੍ਹਾਂ ਦਾ ਕੋਈ ਸੁਨੇਹਾ ਆਉਂਦਾ ਹੈ ਜਾਂ ਸਾਨੂੰ ਕਿਸੇ ਹਾਈ ਕਮਾਂਡ ਦਾ ਸੁਨੇਹਾ ਆਉਂਦਾ, ਅਸੀਂ ਆਪਣੇ ਹਾਈ ਕਮਾਂਡ ਦੇ ਨਾਲ ਹੈ। ਧੰਨਵਾਦ ਜੀ।